सत श्री अकाल, तुसी देख रहे हो पंजाब मेल यूएसए टीवी। मैं हाँ वरुण कौर मान, खबरां दे बुलेटिन विच तुहाडा स्वागत है। खबरां दे इस बुलेटिन दे स्पॉन्सर हन रियल एस्टेट ब्रोकर मोहन चीमा, रियल एस्टेट दी दुनिया च मन्निया परमन्निया नाम। पेश ने पहला चुनवियां खबरां। ट्रंप दी ऑडियो होई वायरल, जॉर्जिया दे सैकटरी उपर पाया दबाव, अपनियां वोटां लभण लई कहा। डेमोक्रेटिक पार्टी दी संसद मैंबर नैन्सी पॉलोसी चुनी गई चौथी वार स्पीकर। अमरीका दे सैक्रामेंटो इकट्ठे हुए पंजाबी मूल दे लोक किसानां दे हक लई भारत सरकार तो कीती मंग। प्रोफेसर दविंदर पाल सिंह पुल्लर दे सतिकारयोग माता बीबी उपकार कौर जी दा अंतम अरदास मौके उत्ते उगियां शख्सियतां वल्लों अंतिम श्रद्धांजलि। नॉर्दन नवाडा सिख सोसायटी गुरद्वारा साहिब रीनो दे प्रधान गुरिंदर सिंह बाजवा ने दूजी वार भी चुने गए प्रधान। अमरीका च कोरोना नाल 3.5 लाख मरीजां दी मौत, कैलिफोर्निया दे शमशान घाट च दफनाउण लई थां पई घट। पेश ने हुण खबरां विस्तार नाल। ऐतवार नूं यूएस मीडिया ने एक हैरान करन वाली ऑडियो टेप रिलीज की, जिस विच राष्ट्रपति डोनाल्ड ट्रंप ने जॉर्जिया दे सैकटरी उपर दबाव पाया ते अपनियां वोटां लभण लई कहा तां जो ओह चोण नतीजियां नूं पलट सकण। साथी रिपब्लिकन ब्रैड रफेंसबर्ग नाल गुप्त रूप विच कीती गई गल्लबात विच वाशिंगटन पोस्ट द्वारा पहलां रिपोर्ट कीती गई विच धमकियां वी शामिल हन कि रफेंसबर्ग इक होर जॉर्जिया अधिकारी जो इक वड्डा जोखम दा सामना कर सकदे ने ते जे ओह उस दी बेनती दा पालन करन विच असफल रहिंदे हन। रफेंसबर्ग नूं जवाब दिंदे सुनिया जांदा है, अच्छा श्रीमान राष्ट्रपति, तुहाडे लई जो चुनौती है ओह है तुहाडे कोल डाटा गलत है। ब्रिटेन दे लंबे रिपब्लिकन झुके राज नूं 12,000 तों वी घट वोटां नाल जित्तिया। अकाउंट्स ते ऑडिट दे बाद कोई फर्क नहीं बदलिया। ट्रंप दे किसी भी दोष दा समर्थन नहीं कीता गया। इत्थों तक कि कल्पनात्मक तब्दीली ने बायन नूं वी जित तों वांझा नहीं रख्या। ਇਹ ਰਿਕਾਰਡਿੰਗ ਇੱਕ ਸਧਾਰਨ ਮੋੜ ਤੇ ਆਈ ਜਾਰਜੀਆ ਵਿੱਚ ਵਿਸ਼ੇਸ਼ ਰੂਜੀ ਚੋਣਾਂ ਤੋਂ 2 ਦਿਨ ਪਹਿਲਾਂ, ਜੋ ਯੂਐਸ ਦੀ ਸੈਨੇਟ ਦੇ ਨਿਯੰਤਰਣ ਦਾ ਫੈਸਲਾ ਕਰੇਗੀ ਅਤੇ 3 ਨਵੰਬਰ ਤੋਂ ਪਹਿਲਾਂ ਕਾਂਗਰਸ 3 ਨਵੰਬਰ ਦੀਆਂ ਚੋਣਾਂ ਦੇ ਨਤੀਜਿਆਂ ਨੂੰ ਪ੍ਰਮਾਣਿਤ ਕਰੇਗੀ। ਉਹ ਪ੍ਰਮਾਣੀਕਰਨ ਆਮ ਤੌਰ ਤੇ ਰੂਟੀਨ ਹੁਣ ਟਰੰਪ ਦੇ ਇਸ਼ਾਰੇ ਤੇ ਕਈ ਸੰਸਦ ਮੈਂਬਰਾਂ ਦੁਆਰਾ ਚੁਣੌਤੀ ਦਿੱਤੀ ਜਾ ਰਹੀ ਹੈ। ਅਮਰੀਕਾ 'ਚ ਡੈਮੋਕ੍ਰੇਟਿਕ ਪਾਰਟੀ ਦੀ ਸੰਸਦ ਮੈਂਬਰ ਨੈਨਸੀ ਪੋਲਸੀ ਨੂੰ ਮੁੜ ਪ੍ਰਤੀਨਿਧ ਸਭਾ ਦਾ ਸਪੀਕਰ ਚੁਣ ਲਿਆ ਗਿਆ ਹੈ। ਨੈਨਸੀ ਪੈਲੋਸੀ ਨੂੰ 216 ਅਤੇ ਉਹਨਾਂ ਦੇ ਮੁਕਾਬਲੇ 'ਚ ਖੜ੍ਹੇ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਕੈਵਿਨ ਮੈਕਾਰਥੀ ਨੂੰ 209 ਵੋਟਾਂ ਮਿਲੀਆਂ। ਸਦਨ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਕੁੱਲ 427 ਵੋਟਾਂ ਪਈਆਂ, ਜਿਨ੍ਹਾਂ 'ਚੋਂ ਸੈਨੇਟਰ ਟੇਮੀ ਡਕਵਰਕ ਤੇ ਸੰਸਦ ਮੈਂਬਰ ਹਕੀਮ ਜ਼ੈਫਰੀਜ਼ ਨੂੰ 1-1 ਵੋਟ ਪਈ। ਪੈਲੋਸੀ ਨੇ ਟਵੀਟ ਕੀਤਾ, ਮੈਂ 117ਵੀਂ ਵਾਰ ਕਾਂਗਰਸ ਬਤੌਰ ਸਪੀਕਰ ਸੇਵਾਵਾਂ ਦੇਣ ਲਈ ਚੁਣੇ ਜਾਣ ਤੇ ਸਨਮਾਨਿਆ ਹੋਇਆ ਮਹਿਸੂਸ ਕਰ ਰਹੀ ਹਾਂ। ਅਮਰੀਕੀ ਕਾਂਗਰਸ ਦੇ ਉੱਚ ਸਦਨ ਸੈਨੇਟ ਦੇ ਰਿਪਬਲਿਕਨ ਪਾਰਟੀ ਦੇ 11 ਮੈਂਬਰ ਰਾਸ਼ਟਰਪਤੀ ਚੋਣਾਂ ਦੇ ਇਲੈਕਟੋਰਲ ਕਾਲਜ ਦੇ ਫੈਸਲੇ ਨੂੰ ਚੁਣੌਤੀ ਦੇਣ ਦੀ ਯੋਜਨਾ ਬਣਾ ਰਹੇ ਹਨ। ਨਿਊਜ਼ ਵੈਬਸਾਈਟ ਦੀ ਹਿੱਲ ਨੇ ਆਪਣੀ ਰਿਪੋਰਟ ਵਿੱਚ ਦੱਸਿਆ ਕਿ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਾਈਡਨ ਦੀ ਚੋਣ ਵਿੱਚ ਜਿੱਤ ਦੀ ਪੁਸ਼ਟੀ ਕਰਨ ਲਈ ਕਾਂਗਰਸ ਦਾ ਸਾਂਝਾ ਸੈਸ਼ਨ ਸੱਦਿਆ ਜਾਵੇਗਾ, ਜਿਸ ਵਿੱਚ ਇਹ 11 ਮੈਂਬਰ ਆਪਣੀ ਮੰਗ ਰੱਖਣਗੇ। ਰਿਪਬਲਿਕਨ ਪਾਰਟੀ ਦੇ ਸੈਨੇਟ ਦੇ 11 ਮੈਂਬਰਾਂ ਨੇ ਇੱਕ ਸਾਂਝਾ ਬਿਆਨ ਜਾਰੀ ਕਰਕੇ ਕਿਹਾ, ਕਾਂਗਰਸ ਨੂੰ ਤੁਰੰਤ ਇੱਕ ਇਲੈਕਟੋਰਲ ਕਮਿਸ਼ਨ ਦਾ ਗਠਨ ਕਰਨਾ ਚਾਹੀਦਾ ਹੈ, ਜਿਸ ਨੂੰ ਰਾਸ਼ਟਰਪਤੀ ਚੋਣਾਂ ਦੀ ਜਾਂਚ ਕਰਨ ਦੀ ਸੰਪੂਰਨ ਸ਼ਕਤੀ ਦਿੱਤੀ ਜਾਵੇ ਤਾਂ ਜੋ ਵਿਵਾਦਿਤ ਸੂਬਿਆਂ ਵਿੱਚ ਉਹ 10 ਦਿਨਾਂ ਅੰਦਰ ਚੋਣ ਨਤੀਜਿਆਂ ਦੀ ਜਾਂਚ ਕਰਵਾ ਸਕਣ। ਰਾਸ਼ਟਰਪਤੀ ਚੋਣਾਂ ਦੇ 14 ਦਸੰਬਰ ਨੂੰ ਐਲਾਨੇ ਅਧਿਕਾਰਤ ਨਤੀਜਿਆਂ ਮੁਤਾਬਕ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਜੋ ਕਿ ਬਾਈਡਨ ਨੂੰ 306 ਵੋਟਾਂ, ਜਦੋਂ ਕਿ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਾਲਡ ਟਰੰਪ ਨੂੰ 232 ਇਲੈਕਟੋਰਲ ਵੋਟਾਂ ਮਿਲੀਆਂ। ਇਸ ਦੇ ਬਾਵਜੂਦ ਟਰੰਪ ਚੋਣਾਂ ਵਿੱਚ ਆਪਣੀ ਹਾਰ ਮੰਨਣ ਤੋਂ ਇਨਕਾਰ ਕਰਦੇ ਰਹੇ ਹਨ। ਜ਼ਿਕਰਯੋਗ ਹੈ ਕਿ 6 ਜਨਵਰੀ ਨੂੰ ਅਮਰੀਕੀ ਕਾਂਗਰਸ ਦਾ ਸਾਂਝਾ ਸੈਸ਼ਨ ਸੱਦਿਆ ਜਾਵੇਗਾ, ਜਿਸ ਵਿੱਚ ਇਲੈਕਟੋਰਲ ਕਾਲਜ ਦੀਆਂ ਵੋਟਾਂ ਦੀ ਪੁਸ਼ਟੀ ਕੀਤੀ ਜਾਵੇਗੀ। ਉਪ ਰਾਸ਼ਟਰਪਤੀ ਮਾਈਕ ਪੇਂਸ ਇਸ ਸੈਸ਼ਨ ਦੀ ਪ੍ਰਧਾਨਗੀ ਕਰਨਗੇ। ਇਸ ਵਿੱਚ ਹਰੇਕ ਸੂਬੇ ਦੇ ਇਲੈਕਟੋਰਲ ਕਾਲਜ ਦੀਆਂ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ। ਭਾਰਤ ਸਰਕਾਰ ਵੱਲੋਂ ਕਿਸਾਨਾਂ ਦੇ ਖਿਲਾਫ ਬਣਾਏ ਗਏ 3 ਬਿੱਲਾਂ ਵਿਰੁੱਧ ਵਿਦੇਸ਼ਾਂ ਵਿੱਚ ਰਹਿੰਦੇ ਭਾਰਤੀਆਂ ਵਿੱਚ ਦਿਨੋ ਦਿਨ ਗੁੱਸਾ ਵੱਧ ਰਿਹਾ ਹੈ। ਕੈਲੀਫੋਰਨੀਆ ਦੀ ਰਾਜਧਾਨੀ ਸੈਕਰਾਮੈਂਟੋ ਵਿਖੇ ਵੱਖ ਵੱਖ ਆਗੂਆਂ ਨੇ ਪੰਜਾਬ ਮੇਲ ਨਾਲ ਇਸ ਬਾਰੇ ਗੱਲਬਾਤ ਕੀਤੀ ਅਤੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਠੰਡ ਦੇ ਮੌਸਮ ਵਿੱਚ ਲੱਖਾਂ ਦੀ ਗਿਣਤੀ ਵਿੱਚ ਕਿਸਾਨ ਅਤੇ ਮਜ਼ਦੂਰ ਇਹਨਾਂ ਬਿੱਲਾਂ ਨੂੰ ਵਾਪਸ ਕਰਵਾਉਣ ਲਈ ਵਜ਼ਿੱਦ ਧਰਨੇ ਉੱਤੇ ਬੈਠੇ ਹੋਏ ਹਨ। ਬਹੁਤ ਸਾਰੇ ਲੋਕ ਇਸ ਅੰਦੋਲਨ ਦੌਰਾਨ ਸ਼ਹੀਦੀਆਂ ਪਾ ਚੁੱਕੇ ਹਨ ਅਤੇ ਅੱਤ ਦੀ ਠੰਡ ਅਤੇ ਵਰਦੇ ਮੀਂਹ ਦੀ ਪਰਵਾਹ ਨਾ ਕਰਦੇ ਹੋਏ ਕਿਸਾਨ ਇਹਨਾਂ ਬਿੱਲਾਂ ਖਿਲਾਫ ਜੱਦੋ ਜ਼ਹਿਦ ਕਰ ਰਹੇ ਨੇ।
सैक्रामेंटो के आगुआ ने कहा कि भारत सरकार सत्ता का हंकार छड़ के किसान अंदोलन खत्म करवाने लई तीनों काले कानूनों नू बिना शर्त वापस लवे। मैं गुरपाल सिंह औजला सैक्रामेंटो तो बोल रहा हाँ। मैं भारतीय हुकूमत नू अपील करता हाँ कि जिहड़े तीनों कानून बनाए गए आ खेतीबाड़ी संबंधी वह तिने कानून वापस लै जाण अते MSP कानून करके उस नू जिहड़ा घट कीमत ते खरीदे और उत्ते कानूनी कार्रवाई की जा सके उसका कानून जरूर बनना चाहिए है। मेरा नाम गुरिंद्रपाल सिंह गिल सैक्रामेंटो तो कैलिफोर्निया USA असी जेडे दिल्ली में धरने चल रहे हैं उन्हां दी फुल सपोर्ट करते हैं। असी हुकूमत नूं बेनती भी करते हैं कि तुसी जेडे काले कानून बनाए है वह वापस लाओ ता कि किसान सारे किसान सुख सहूली अपने घर नूं जाण। मैं भाई बलजीत सिंह ते मेरे नाल ने दविंदर सिंह असी सैक्रामेंटो शहर तो बोल रहे हैं जो पंजाब के अंदर हिंदुस्तान के अंदर दिल्ली की धरती से किसानी संघर्ष चल रहा है उसकी पूरी सपोर्ट जो है इतों दी संगतां भी कर रही ने जो काले कानून जो बिल लागू किए गए ने उन्होंने रद्द करना करने वास्ते संघर्ष बड़े जोर चल रहा है। इन्नी ठंड के भी वह साढ़े भाई भैन भरा जड़े ने उ बैठे हुए ने बड़ी देर तो महीने के करीब हो गया है सो इतों दिया संगतां भी उन्होंने शमूलियत कर दया ने कि ये जेडे बिल ने रद्द होने चाहिए ने। सैक्रामेंटो की धरती से बहुत वड्डा रोस मार्च जो पिछले दिन निकलिया सी सो वह भी उहदे विच भी अनेक संगतां ने शमूलियत की सो असी इस इन्हां बिलों नूं रद्द करन वास्ते पूरी मंग करते हैं। इतों दिया समूह संगतां की भी यह मंग है इलाके दी संगतां की भी मंग है कि बिल जिहड़े ने रद्द होने चाहिए ने इस वास्ते ही उन्हां दी सपोर्ट करन वास्ते ये जो चार बचन आखे। हाँ जी मेरा नाम चरणजीत सिंह है जी ते मैं कैलिफोर्निया दे सैक्रामेंटो शहर का रहने वाला जी ते पंजाब नूं बिलोंग करदा जी ते जिहड़े भारत के अंदर कुल किसान जथेबंदियां जां किसान वीर भैणां साडे संघर्ष कर रहे हैं मोदी के काले कानूनां के खिलाफ असीं उन्हां वीरां भैणां का चाहे वह किसी भी स्टेट नाल संबंध रखदे जिहड़े किसानी नाल संबंध रखदे सारयां दा पूरजोर समर्थन करदे हां जी ते तनों मनो तुहानों असीं अपने वीरां भैणां दे नाल आ ते कैलिफोर्निया अमेरिका तो होर कंट्रियां दे जिन्हें भी वीर किसान साडे बाहर हैगे सारे की पूरी हिमायत है जी असीं डट के काले कानूनां का विरोध करते हैं ते अपने भैणां भरावां दे नाल हिक डा के खड़े हैं जी। मैं रणदीप सिंह नज्जर सैक्रामेंटो कैलिफोर्निया तो शहीद बाबा दीप सिंह स्पोर्ट्स अकैडमी वालों किसान अंदोलन की पूर्ण तौर पर हिमायत करदा ते एक किसान होने नाते किसान के पुत होने के नाते मैं समझदा कि जो ये काले कानून है ये छेती तो छेती रद्द किए जाने चाहिए आ। पंजाबियों का इतिहास आ पंजाबियों का जो सुभाव आ कि वह किसी का जबर झलते नहीं है तो जिहड़ा ये जबरी उन्होंने उत्ते जो लागू किया जा रहा जो उन्होंने की मंग भी नहीं है तो छेती तो छेती वापस रद्द करके पंजाबियों के नाल जिहड़ा कह लो कि उन्होंने उन्होंने हक वापस किए जाए तो असी अति धनवादी होवांगे जिहड़े किसानों का अंदोलन का समर्थन कर रहे उन्होंने संघर्ष के सपोर्ट कर रहे हैं उन्होंने सारे भरावों का सारे जथेबंदियों का तहे दिलों धन्यवाद। फांसी की सजा याफत प्रोफेसर दविंदरपाल सिंह भुल्लर के सतिकारयोग माता बीबी उपकार कौर जी पिछले दिन ही परलोक सिधार गए उन्होंने संस्कार सूबा सिटी विखे कर दिया गया। इस मौके कैलिफोर्निया के वक् वक् सिख आगुआ ने बीबी उपकार कौर जी को श्रद्धांजलियां भेंट की। इन्होंने आगुआ ने बीबी उपकार कौर जी के जीवन बारे अपने विचार पेश किए ते कहा कि इस परिवार के सिख कौम नूं वड्डी देण है जिथे प्रोफेसर दविंदरपाल सिंह भुल्लर पिछले लंबे समय तो जेल की सजा कट रहे ने उत्थे उन्होंने पिता बलवंत सिंह भुल्लर ते मास्टर नूं वी पुलिस ने शहीद कर दिता सी। जिक्रयोग है कि दविंदरपाल सिंह भुल्लर गुरु नानक इंजीनियर कॉलेज लुधियाना विखे बतौर प्रोफेसर नौकरी करते सन। बीबी उपकार कौर जी ने अपने जीवन विच बहुत कष्ट चले हुण वी उह लंबे समय तो बीमार सन ते आखर पिछले दिन ही उह परलोक सिधार गए जिथे प्रोफेसर दविंदरपाल सिंह भुल्लर पिछले लंबे समय तो जेल विच सजा कट रहे हन उत्थे उन्होंने पिता बलवंत सिंह भुल्लर ते मास्टर नूं वी पुलिस ने शहीद कर दिता सी। जिक्रयोग है कि दविंदरपाल सिंह भुल्लर गुरु नानक इंजीनियरिंग कॉलेज लुधियाना विखे बतौर प्रोफेसर नौकरी करते सन। बीबी उपकार कौर जी ने अपने जीवन विच बहुत कष्ट झले हुण वी ओ लंबे समय तो बीमार सन ते आखर पिछले दिन ही ओ परलोक सिधार गए। प्रोफेसर दविंदरपाल सिंह भुल्लर अजकल परलो ते हन उन्होंने वीडियो कॉन्फ्रेंसिंग राही अपनी माता जी दे अंतम संस्कार नूं देखिया ते आई संगत नूं फतेह बुलाई। She would walk us every day, every morning to the bus stop to make sure we got on the bus in time for school. She would always make sure we had a bite to eat.
And when we ride back after school at the bus stop, I would always see grandma's face that she was there with a smile on her face knowing her grandkids were back. My grandma did a lot for us. I remember the time she would tell us funny stories at night, past bedtime, on school nights. ਅੱਜ ਆਪਾਂ ਦੂਰੋਂ ਨੇੜਿਓਂ ਸਾਡੇ ਬੜੇ ਹੀ ਸਤਿਕਾਰਯੋਗ ਮਾਤਾ ਕੌਰ ਜੀ ਅਵਤਾਰ ਕੌਰ ਜੀ ਭੁੱਲਰ ਉਹਨਾਂ ਦੇ ਅੰਤਮ ਦਰਸ਼ਨ ਕਰਨ ਲਈ ਅੰਤਮ ਅਰਦਾਸ ਦੇ ਵਿੱਚ ਸ਼ਾਮਲ ਆਪਾਂ ਪਹੁੰਚੇ ਹਾਂ। ਅੱਜ ਆਪਾਂ ਸਤਿਕਾਰਯੋਗ ਮਾਤਾ ਅਵਤਾਰ ਕੌਰ ਜੀ ਮਾਤਾ ਸਾਡੇ ਬਹੁਤ ਹੀ ਸਤਿਕਾਰਯੋਗ ਪ੍ਰੋਫੈਸਰ ਜਵਿੰਦਰਪਾਲ ਸਿੰਘ ਜੀ ਭੁੱਲਰ ਅਤੇ ਸਰਦਾਰ ਤਜਿੰਦਰ ਸਿੰਘ ਉਹਨਾਂ ਦੀ ਮਾਤਾ ਜੀ ਜਿਨ੍ਹਾਂ ਦੇ ਅੱਜ ਆਪਾਂ ਅੰਤਮ ਦਰਸ਼ਨ ਅੰਤਮ ਅਰਦਾਸ ਅਤੇ ਅੰਤਮ ਸੰਸਕਾਰ ਦੇ ਵਿੱਚ ਸ਼ਾਮਲ ਹੋਣ ਲਈ ਪੁੱਜੇ ਹਾਂ। ਮੇਰਾ ਇਸ ਪਰਿਵਾਰ ਦੇ ਨਾਲ ਬਹੁਤ ਲੰਬੇ ਸਮੇਂ ਤੋਂ ਸੰਬੰਧ ਆ। ਇਸ ਪਰਿਵਾਰ ਦੇ ਹਰ ਦੁੱਖ ਸੁੱਖ ਦੇ ਵਿੱਚ ਅਸੀਂ ਇੱਕ ਦੂਸਰੇ ਦੇ ਨਾਲ ਮਿਲਦੇ ਜੁਲਦੇ ਹਾਂ। ਸਤਿਕਾਰਯੋਗ ਸਰਦਾਰ ਗੁਰਨਾਮ ਸਿੰਘ ਜੀ ਪੰਮਾ ਹਰਬੰਸ ਸਿੰਘ ਜੀ ਪੰਮਾ ਇਸ ਪਰਿਵਾਰ ਦੇ ਨਾਲ ਕਿ ਅਸੀਂ ਲੰਬੇ ਸਮੇਂ ਤੋਂ ਮਿਲਦੇ ਜੁਲਦੇ ਹਾਂ। ਪਿਛਲੇ ਦਿਨਾਂ ਤੋਂ ਸਰਦਾਰ ਤਜਿੰਦਰ ਸਿੰਘ ਜੀ ਭੁੱਲਰ ਦੇ ਨਾਲ ਜਦੋਂ ਦੇ ਮਾਤਾ ਜੀ ਢਿੱਲੇ ਹੋਏ ਤਾਂ ਕਾਫੀ ਸੰਪਰਕ ਰਿਹਾ ਤੇ ਹਰ ਗੱਲਬਾਤ ਦੇ ਵਿੱਚ ਜੋ ਵੀ ਅਸੀਂ ਇੱਕ ਦੂਸਰੇ ਨਾਲ ਸੰਪਰਕ ਕਰ ਸਕਦੇ ਸੀ ਕੀਤਾ, ਪਰ ਅਖੀਰ ਦੇ ਵਿੱਚ ਮੈਂ ਇਹੀ ਕਹਿੰਦਾ ਹਾਂ ਇਹ ਮਾਤਾ ਜੀ ਸਾਡੇ ਪੰਥ ਦੀ ਮਾਂ ਸੀ। ਇਹ ਵੀਰ ਤਜਿੰਦਰ ਸਿੰਘ ਹੋਰਾਂ ਵੀਰ ਦਵਿੰਦਰ ਸਿੰਘ ਹੋਰਾਂ ਦੀ ਮਾਤਾ ਨੇ ਇਹ ਸਾਡੀ ਸਾਰਿਆਂ ਦੀ ਕੌਮ ਨਾਲ ਹਮਦਰਦੀ ਰੱਖਣ ਵਾਲੇ ਤੇ ਲੋਕ ਜਿਹੜੇ ਸੰਘਰਸ਼ ਜਿਨ੍ਹਾਂ ਨੇ ਕੀਤਾ ਉਹਨਾਂ ਸਾਰਿਆਂ ਦੀ ਮਾਤਾ ਹੈ ਤੇ ਮਾਤਾ ਜੀ ਨੇ ਆਪਣੇ ਜੀਵਨ ਕਾਲ ਦੇ ਵਿੱਚ ਲੰਬੀ ਲੜਾਈ ਜਸਟਿਸ ਲੈਣ ਦੇ ਲਈ ਲੜੀ। ਕਦੀ ਤਿਹਾੜ ਜੇਲ੍ਹ, ਕਦੀ ਪੜਿਆਲ ਜੇਲ੍ਹ, ਕਦੀ ਅੰਮ੍ਰਿਤਸਰ ਦੀ ਸੈਂਟਰਲ ਜੇਲ੍ਹ, ਕਦੀ ਇੱਥੋਂ ਇੰਡੀਆ ਤੋਂ ਵਾਪਸ ਇੱਥੇ ਤੇ ਉਸ ਸਾਰੇ ਦੇ ਵਿੱਚ ਇੱਕ ਹਿਸਟਰੀ ਇਹਨਾਂ ਨੇ ਆਪਣੇ ਆਪ ਲਿਖੀ ਜਿਹੜੀ ਆਉਣ ਵਾਲੀਆਂ ਨਸਲਾਂ ਦੇ ਲਈ ਜਿਹੜਾ ਉਹ ਇੱਕ ਉਦਾਹਰਨ ਬਣ ਗਈ ਹੈ। ਮਾਤਾ ਜੀ ਹੋਰਾਂ ਨੂੰ ਸੱਚੀ ਸ਼ਰਧਾਂਜਲੀ ਹੈ। ਸਤਿਗੁਰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ। ਪ੍ਰੋਫੈਸਰ ਦਵਿੰਦਰਪਾਲ ਸਿੰਘ ਹੋਰ ਲਾਇਟ ਨੇ ਉਹਨਾਂ ਵੱਲੋਂ ਮਾਤਾ ਜੀ ਨੂੰ ਦੁਸ਼ਾਲਾ ਵੀ ਗੁਰਨਾਮ ਸਿੰਘ ਜੀ ਹੋਣੀ ਵੀ ਤਜਿੰਦਰਜੀਤ ਸਿੰਘ ਹੋਣੀ ਭੇਟ ਕਰਨਗੇ ਤੇ ਨਾਲ ਹੀ ਸਟਾਕਟਨ ਗੁਰਦੁਆਰਾ ਸਾਹਿਬ ਵੱਲੋਂ ਜੋ ਸੋਭਾ ਆ ਉਹ ਵੀਰ ਗੁਲਵਿੰਦਰ ਸਿੰਘ, ਜਗਜੀਤ ਸਿੰਘ ਹੋਰੀ, ਰਵਿੰਦਰ ਸਿੰਘ ਹੋਰੀ, ਜਿੱਥੇ ਅੱਜ ਮਾਤਾ ਜੀ ਦੇ ਚਰਨਾਂ ਦਾ ਦੁੱਖ ਹੈ ਉੱਥੇ ਨਾਲ ਹੀ ਉਹਨਾਂ ਦੀ ਲਾਈਫ ਨੂੰ ਅਮਰੀਕਾ ਆਪਣਾ ਗੁਰਕਨ ਸਿੰਘ ਜੀ ਤੋਂ ਅਮਰੀਕਾ ਅਮਰੀਕਾ ਦੀ ਬੜੀ ਸਿੱਖਾਂ ਨੂੰ ਜੋ ਉਹਨਾਂ ਦੀ ਮਜ਼ਬੂਤ ਜਥੇਬੰਦੀ ਰਹੀ ਹੈ ਉਹਨਾਂ ਨੂੰ ਮੈਂ ਆਪਣੇ ਮਨਜੀਤ ਸਿੰਘ ਜੰਤੀ ਹੋਰ ਆਪਣੇ ਜਿੰਨੇ ਵੀ ਯੂਥ ਦੇ ਮੈਂਬਰ ਆ ਉਹਨਾਂ ਨੂੰ ਬੇਨਤੀ ਕਰਦਾ ਉਹ ਆਉਣ ਤੇ ਭਾਈ ਜਸਵੰਤ ਸਿੰਘ ਜੀ ਹੋਠੀ ਅਮੈਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਹਨਾਂ ਨੂੰ ਮੈਂ ਬੇਨਤੀ ਕਰਦਾ ਸਾਰੇ ਆਉਣ ਪਹਿਲਾਂ ਆਪਾਂ ਮਾਤਾ ਜੀ ਨੂੰ ਅੰਤਮ ਵਧਾਈ ਦੇ। ਕਾਰਨ ਜੀ ਇਸ ਦੁਨੀਆਂ ਤੋਂ ਚੜਾਈ ਕਰ ਗਏ, ਅੱਜ ਉਹਨਾਂ ਦੇ ਅੰਤਮ ਸੰਸਕਾਰ ਤੋਂ ਉਪਰੰਤ ਆਪ ਸੰਗਤਾਂ ਅੰਤਮ ਅਰਦਾਸ ਦੇ ਵਿੱਚ ਸ਼ਾਮਲ ਹੋਏ ਹੋ। ਜੋ ਸਾਡੇ ਵੀਰ ਸੱਜਣ ਮਿੱਤਰ ਬੇੜੀਏ ਤੋਂ ਸਾਰਕ ਦਵਾਏ ਹਨ, ਸਾਰਿਆਂ ਨੂੰ ਜੀ ਆਖਦੇ ਹਨ, ਜੋ ਦੁੱਖ ਦੀ ਘੜੀ ਦੇ ਵਿੱਚ ਭੁੱਲਰ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਹੈ, ਸਭ ਨੂੰ ਜੀ ਆਖਦੇ ਹਨ। ਸੋ ਹੁਣ ਮੈਂ ਗਿਆਨੀ ਜੋਗਿੰਦਰ ਸਿੰਘ ਜੀ ਨੂੰ ਬੇਨਤੀ ਕਰਾਂ, ਇੱਕ ਸ਼ਬਦੀ ਹਾਜ਼ਰ ਹੋਣਗੇ, ਤੁਰੰਤ ਅਰਦਾਸ ਹੋਵੇਗੀ। ਸੱਜਣ ਮੇਰੇ ਰੰਗਲੇ ਸੰਜਾਏ ਸੁੱਤੇ ਦੀ ਰਾਨ ਸ਼ਬਦ ਦੇ ਨਾਲ ਸੰਗਤ ਨੂੰ ਸੰਬੋਧਨ ਕਰਨ। ਜੇ ਕਰ ਸਾਹਿਬ ਮਨੋ ਨਾ ਵਿਸਰੇ ਤਾਂ ਸਲਾਮ ਨਾ ਹੋਈ ਮਨ ਤੇ ਜਗਤ ਡਰੈ ਜੀਵਿਆਂ ਲੋੜੈ ਸਭ ਗੁਰਮਸਾਤੀ ਜੀਵਤ ਮਰੈ ਹੁਕਮੈ ਪੁੱਛੈ ਨਾਨਕ ਐਸੀ ਮਰਨੀ ਕਿਸਨੇ।
नारदरन नवाडा सिख सोसायटी गुरद्वारा साहिब रीनो के प्रधान गुरिंदर सिंह बाजवा ने अपनी दूजी टर्म च प्रधानगी वजो अहुदा संभाल लिया है। बाकी दे अहुदेदार उसे तरीके दे ही होणगे। यगत सिंह थांदी, कुलवंत सिंह मंड, नवजीत सिंह, कमल रूप सिंह बराड़, मेजर सिंह बोगन, परमजीत सिंह भोगल, जय सिंह गिल, अनोख सिंह वाजवा, जसविंदर सिंह परमार, सरबजीत सिंह पवार अते लाभ सिंह गिल मैंबर हन। गुरुद्वारा साहिब विखे अपने विचार पेश करदिया गुरिंदर सिंह वाजवा ने समूह संगतां नूं नवें साल की बधाई दित्ती अते इस दे नाल नाल इस साल के उलीके प्रोग्रामां बारे जानकारी भी दित्ती। इस तों इलावा उन्हां भारत विच किसान अंदोलन की हिमायत की अते मोदी सरकार वल्लों बनाए गए तीन काले खेती कानूनां नूं वापस लैण की अपील की गई। अमरीका विच टीकाकरण शुरू होने के बावजूद कोरोना का कहर रुकण का नाम नहीं ले रहा। देश विच कोरोना प्रभावित मरीजों की गिणती जिथे 2 करोड़ तो ज़्यादा हो गई है उथे महामारी नाल जान गुआउण वालियां दी गिणती 3.5 लाख के अंकड़े नूं पार कर गई है। सिर्फ 19 दिनों विच 50,000 कोरोना मरीजों की मौत हुई है। 14 दिसंबर नूं अमरीका विच कोरोना नाल जान गुआउण वाले मरीजों की गिणती 3 लाख सी। न्यूयॉर्क सूबे विच सब तो ज़्यादा 38,273 लोगों की मौत हुई। दूजे नंबर ते टेक्सास जिथे कि 28,338 लोगों की जान गई। कैलिफोर्निया 26,542 ते फ्लोरिडा 21,890 लोगों की मौत हुई। महामारी नाल अमरीका दे जो होर सूबे सब तो ज़्यादा प्रभावित हैं उन्हां विच न्यू जर्सी, इलोनोइस, पेंसिलवेनिया, मिशीगन, मैसाच्यूसेट्स अते जॉर्जिया शामिल हैं। उधर अमरीका विच महामारी का आलम यह है कि कैलिफोर्निया विच कब्रिस्तान विच लाशां दफनाउण दी थां घट पैण लगी है। कॉन्टीनेंटल फ्यूनरल होम दे मालक मैगडा मार्डोनाडी ने कहा कि मैं पिछले 40 सालों तो इस उद्योग विच हां ते मैं अपने जीवन विच कदे भी अजिही स्थिति नहीं देखी। लाशां दी वधदी गिणती नूं देखते हुए मैगडा ने ना केवल 50 फुट रेफ्रिजरेटर किराए ते लिया है बल्कि हस्पतालां तो लाश लियाउण विच 1-2-3 दिन दी देरी भी कर रहे हन। कैलिफोर्निया फ्यूनरल डायरेक्टर्स एसोसिएशन के कार्यकारी डायरेक्टर बाब अर्चमन ने कहा कि दाह संस्कार की पूरी प्रक्रिया बेहद हौली हो गई है। साधारण दिनों विच जिथे 1-2 दिनों विच दाह संस्कार की प्रक्रिया पूरी हो जाती सी परंतु हुण इस विच घट तो घट 1 हफ्ता जां उस तो ज़्यादा दा समां लगता है। प्रधानमंत्री बोरिस जॉनसन ने एतवार नूं चेतावनी दित्ती कि कोरोना के फैलण नूं रोकण लई मौजूदा समें विच लागू लॉकडाउन नूं होर सख्त किया जा सकता है। दसण योग है कि इंग्लैंड विच भी कोरोना वायरस का नवा स्ट्रेन मिलिया है जो 70% ज्यादा असर करता है। अध्यापकों की यूनियन वालों पूरे देश विच स्कूल बंद करन दी मांग विचकार जॉनसन ने जोर दे के कहा है कि मापे अपने बच्चों नूं उन्हां खेतरां विच स्थित स्कूलों विच जरूर भेजन जिथे वायरस का असर घट है। उधर सऊदी अरब ने हर तरह दीआं कौमांतरी उड़ाणां तों पाबंदी हटा दित्ती है। नाल ही जमीन अते बंदरगाह नाल लगदियां अपनियां सरहदां नूं भी खोल दिता है। ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਅਤੇ ਵਿਕਟੋਰੀਆ ਰਾਜਾਂ ਵਿੱਚ ਇਨਫੈਕਸ਼ਨ ਦੇ ਮਾਮਲੇ ਤੇਜ਼ੀ ਨਾਲ ਵਧਣ ਦੇ ਕਾਰਨ ਕਈ ਰਾਜਾਂ ਨੇ ਮੁੜ ਯਾਤਰਾ ਪਾਬੰਦੀਆਂ ਲਗਾ ਦਿੱਤੀਆਂ ਹਨ। ਆਸਟ੍ਰੇਲੀਆਈ ਕੈਪੀਟਲ ਟੈਰੀਟਰੀ ਨੇ ਸਿਡਨੀ ਦੇ ਉੱਤਰੀ ਸਮੁੰਦਰੀ ਤੱਟਾਂ, ਗ੍ਰੇਟਰ ਸਿਡਨੀ ਅਤੇ ਹੋਰ ਛੋਟੇ ਕੇਂਦਰਾਂ ਤੋਂ ਯਾਤਰੀਆਂ ਦੇ ਦਾਖਲ ਹੋਣ 'ਤੇ ਰੋਕ ਲਗਾ ਦਿੱਤੀ ਹੈ। ਤਸਮਾਨੀਆ ਰਾਜ ਨੇ ਵਿਕਟੋਰੀਆ ਵਿੱਚ ਹਾਲ ਹੀ ਵਿੱਚ ਸੰਕ੍ਰਮਿਤ ਹੋਏ ਲੋਕਾਂ ਨਾਲ ਸਿੱਧੇ ਤੌਰ 'ਤੇ ਜੁੜੇ ਹਰੇਕ ਵਿਅਕਤੀ ਦੇ ਆਉਣ 'ਤੇ ਰੋਕ ਲਗਾ ਦਿੱਤੀ ਹੈ। ਤਸਮਾਨੀਆ ਨੇ ਗ੍ਰੇਟਰ ਸਿਡਨੀ ਅਤੇ ਸਿਡਨੀ ਦੇ ਵੈਲੁਨਗੋਂਗ ਤੋਂ ਆਉਣ ਵਾਲੇ ਯਾਤਰੀਆਂ ਦੇ ਲਈ 14 ਦਿਨ ਦਾ ਇਕਾਂਤਵਾਸ ਲਾਜ਼ਮੀ ਕਰ ਦਿੱਤਾ ਹੈ ਜਦਕਿ ਸਿਡਨੀ ਦੇ ਉੱਤਰੀ ਸਮੁੰਦਰੀ ਤੱਟਾਂ ਦੇ ਲੋਕਾਂ ਦੇ ਦਾਖਲ ਹੋਣ 'ਤੇ ਪਾਬੰਦੀ ਹੈ। ਵਿਕਟੋਰੀਆ ਵਿੱਚ ਐਤਵਾਰ ਨੂੰ ਇਨਫੈਕਸ਼ਨ ਦੇ 3 ਨਵੇਂ ਮਾਮਲੇ ਸਾਹਮਣੇ ਆਏ ਜਦਕਿ ਸ਼ਨੀਵਾਰ ਨੂੰ 10 ਨਵੇਂ ਮਾਮਲੇ ਸਾਹਮਣੇ ਆਏ ਸਨ। ਵਿਕਟੋਰੀਆ ਵਿੱਚ ਹਾਲ ਹੀ ਦਿਨਾਂ ਵਿੱਚ ਇਨਫੈਕਸ਼ਨ ਦੇ 21 ਨਵੇਂ ਮਾਮਲੇ ਸਾਹਮਣੇ ਆਏ ਨੇ ਜਿਨ੍ਹਾਂ ਦਾ ਸੰਬੰਧ ਨਿਊ ਸਾਊਥ ਵੇਲਜ਼ ਵਿੱਚ ਫੈਲੇ ਇਨਫੈਕਸ਼ਨ ਨਾਲ ਹੈ। ਵਿਕਟੋਰੀਆ ਦੀ ਸਰਹੱਦ ਨੂੰ ਨਿਊ ਸਾਊਥ ਵੇਲਜ਼ ਤੋਂ ਆਉਣ ਵਾਲੇ ਯਾਤਰੀਆਂ ਦੇ ਲਈ ਬੰਦ ਕਰ ਦਿੱਤਾ ਗਿਆ ਹੈ। ਨਿਊ ਸਾਊਥ ਵੇਲਜ਼ ਵਿੱਚ ਐਤਵਾਰ ਨੂੰ ਇਨਫੈਕਸ਼ਨ ਦੇ 8 ਨਵੇਂ ਮਾਮਲੇ ਸਾਹਮਣੇ ਆਏ ਸਨ। ਰਾਜ ਵਿੱਚ ਇਸ ਸਮੇਂ 161 ਲੋਕ ਇਲਾਜ ਅਧੀਨ ਹਨ ਅਤੇ ਇਹਨਾਂ ਵਿੱਚੋਂ ਜ਼ਿਆਦਾਤਰ ਮਾਮਲੇ ਸਿਡਨੀ ਦੇ ਉੱਤਰੀ ਤੱਟਾਂ ਨਾਲ ਜੁੜੇ ਹਨ। ਆਸਟ੍ਰੇਲੀਆ ਵਿੱਚ ਹੁਣ ਤੱਕ 28,462 ਲੋਕ ਕੋਰੋਨਾ ਵਾਇਰਸ ਨਾਲ ਸੰਕ੍ਰਮਿਤ ਹੋ ਚੁੱਕੇ ਹਨ ਅਤੇ 909 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਵਿੱਚ ਚੀਨ ਵਿੱਚ ਘਰੇਲੂ ਪੱਧਰ ਤੇ ਫੈਲੇ ਇਨਫੈਕਸ਼ਨ ਦੇ ਕੁੱਲ 8 ਮਾਮਲੇ ਸਾਹਮਣੇ ਆਏ ਨੇ। ਇਨਫੈਕਸ਼ਨ ਦੇ ਨਵੇਂ ਮਾਮਲੇ ਸਾਹਮਣੇ ਆਉਣ ਦੇ ਮੱਦੇਨਜ਼ਰ ਅਧਿਕਾਰੀ ਜ਼ਿਆਦਾ ਸਾਵਧਾਨੀ ਵਰਤ ਰਹੇ ਹਨ। ਬੀਜਿੰਗ ਨੇ ਟੀਕਾਕਰਨ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਚੀਨ ਨੇ ਆਪਣੇ ਦੇਸ਼ ਵਿੱਚ ਬਣੇ ਕੋਵਿਡ-19 ਦੇ ਇੱਕ ਟੀਕੇ ਨੂੰ ਸ਼ੁੱਕਰਵਾਰ ਨੂੰ ਮਨਜ਼ੂਰੀ ਦੇ ਦਿੱਤੀ। ਇਹ ਦੇਸ਼ ਵਿੱਚ ਬਣਿਆ ਪਹਿਲਾ ਟੀਕਾ ਹੈ ਜਿਸ ਨੂੰ ਚੀਨ ਨੇ ਮਨਜ਼ੂਰੀ ਦਿੱਤੀ ਹੈ। ਚੀਨ ਵਿੱਚ ਹੁਣ ਤੱਕ ਕੁੱਲ 87,117 ਲੋਕ ਸੰਕ੍ਰਮਿਤ ਹੋ ਚੁੱਕੇ ਨੇ ਅਤੇ ਇਨਫੈਕਸ਼ਨ ਨਾਲ 4,634 ਲੋਕਾਂ ਦੀ ਮੌਤ ਹੋ ਚੁੱਕੀ ਹੈ।
खेतीबाड़ी कानूनों विरुद्ध दिल्ली दी सरहदां ते किसान लगातार डटे हुए हैं। केंद्र के खेतीबाड़ी कानूनों खिलाफ प्रदर्शन कर रहे किसानों के अंदोलन का अज 40वां दिन है। ठंड ते संघनी धुंद दे विचकार किसान दिल्ली दी सारियां सरहदां ते डटे हुए हैं। एक पासे जिथे किसान तीनों खेतीबाड़ी कानूनों नूं रद्द करवाउण दी जिद ते अड़े हुए हैं, उत्थे ही दूजे पासे सरकार वल्लों नवे प्रस्ताव भेजे जा रहे हैं। केंद्र दे तीन खेतीबाड़ी कानूनों दे खिलाफ किसानां दी लहर कड़क दी सर्दी अते मींह दे बावजूद भी जारी है। अंदोलन दे विचकार किसान जथेबंदियां अते सरकार दरमियान एक मीटिंग अज सोमवार नूं होणी है। अज दी मीटिंग विच किसानां दीआं सब तो वध महत्वपूर्ण मंगां ते विचार कीता जाणा है। इन्हां विचों तीनों खेतीबाड़ी कानूनों नूं रद्द करन अते MSP नूं कानूनी गरंटी देण दी मांग शामिल है। इस तों पहलां 30 दसंबर नूं होई मीटिंग विच सरकार ने किसानां दीआं दो होर मंगां मन्नण दा ऐलान कीता सी। इन्हां दोवां मंगां विच पराली साड़न ते जुर्माने नाल जुड़े ऑर्डीनेंस नूं बदलना अते प्रस्तावित बिजली सोध बिल नूं मुलतवी करना शामिल है। किसानों ने पहला ही स्पष्ट कर दिता है कि वह सारे तीन खेती कानूनों को खत्म करने तो घट किसी भी चीज़ को स्वीकार नहीं करेंगे। जेकर 26 जनवरी तक समस्या का हल ना होया तो वह गणतंत्र दिवस मौके दिल्ली के अंदर ट्रैक्टर मार्च कढ़णगे। 30 दसंबर को हुई मीटिंग में खेतीबाड़ी मंत्री नरेंद्र सिंह तोमर ने किसान संगठनों को खेती कानूनों को वापस लेने की बजाय कुछ होर विकल्प समझाने लिए कहा सी, तां जो कमेटी बना के विचार किया जा सके। अज की गलबात तो पहला नरेंद्र सिंह तोमर ने ऐतवार को रक्षा मंत्री राजनाथ सिंह नाल मुलाकात की सी। यह मनिया जाता है कि दोवे मंत्रियों दरमियान अज की बैठक में सरकार की रणनीति से विचार वटांदरा किया गया। राजनाथ सिंह पर्दे पिछे किसानी लहर का हल लभण लई निरंतर कोशिश कर रहे हैं। 30 दसंबर की मीटिंग के दिन उन्होंने एक बयान दिता सी कि मोदी सरकार कदे भी किसानों का नुकसान नहीं करेगी। सरकार स्पष्ट कर रही है कि तीनों खेतीबाड़ी कानूनों नूं वापस लेना असंभव है। हालांकि MSP के मुद्दे से भी सरकार ने किसी होर विकल्प से विचार करने का संकेत दिता है। 30 दसंबर को हुई मीटिंग में सरकार ने किसान जथेबंदियों नूं कहा कि MSP अते मार्केट मुल विचले पाड़े नूं MSP उत्ते कमेटी बना के विचारिया जा सकता है। अजिही स्थिति विच हुण इह क्यास लगाए जा रहे हैं कि सरकार मध्य प्रदेश की तरस से भवतार योजना से विचार कर सकती है। इस योजना के तहत MSP अते मार्केट विच कीमत अंतर सरकार द्वारा किसानों नूं दिता जाता है। मोदी सरकार के पहले कार्यकाल विच इस योजना नूं लागू करन बारे बहुत मंथन होया सी पर कोई फैसला नहीं होया। इस सन हुण तक दीआं खबरां मैनूं वरुण कौर मान नूं दिओ आ गया। तुसीं बने रहो पंजाब मेल USA TV दे नाल। सत श्री अकाल।